ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ 4 ਪੇਸ਼ੈਂਟ ਰਿਪੋਰਟ ਹੋਏ ਹੈਗੇ ਆ। ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ, ਇਹਨਾਂ ਨੇ ਕੋਇਲਾਂ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਅਤੇ ਦਰਵਾਜ਼ਾ ਬੰਦ ਕਰ ਦਿੱਤਾ, ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਹੈ। ਅਤੇ ਜਿਹੜੇ 3 ਪੇਸ਼ੈਂਟ 4 ਪੇਸ਼ੈਂਟ ਹੈਗੇ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ, ਜਿਹਦੇ ਵਿੱਚੋਂ 3 ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਅਤੇ 1 ਪੇਸ਼ੈਂਟ ਥੋੜ੍ਹਾ ਸੀਰੀਅਸ ਹੈਗਾ। ਇਹਨੂੰ ਅਸੀਂ 1 ਪੇਸ਼ੈਂਟ ਨੂੰ ਹੀ ਰੈਫਰ ਕਰਨ ਲੱਗੇ ਹਾਂ ਅਤੇ ਬਾਕੀ 3 ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ। ਸਰ ਅਸੀਂ ਭੜੋਲੀ ਤੋਂ ਆਇਆ, ਰੁਣੀਦਾਸ ਮੇਰਾ ਨਾਂ ਆ। ਕੀ ਹਾਸਲ ਹੋਇਆ ਸਰ? ਅਸੀਂ ਤਾਂ ਬਾਹਰ ਹੀ ਅਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸਾਲਾ ਨੂੰ, ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਦੇ ਘਰ ਦੇ, ਅਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨਾਂ ਨੇ, ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਅਤੇ ਉਹ ਜੋਸ਼ ਪੇ ਰਹੇ ਅੰਦਰ ਸਾਰੇ। ਕਿੱਦਾਂ ਬੇਹੋਸ਼ ਹੋ ਗਏ? ਇਹ ਨਹੀਂ ਪਤਾ, ਅੰਦਰ ਅੱਗ ਗਿੱਠੀ ਬਾਲੀ ਦੀ ਮੈਂ ਰਾਤ। ਅਤੇ ਕਿੰਨੇ ਕੁ ਲੋਕ ਸੀ ਘਰ ਉੱਤੇ? ਇਹ 4 ਜਣੇ। ਇੱਕੋ ਫੈਮਿਲੀ? ਹਾਂਜੀ ਇੱਕੋ ਫੈਮਿਲੀ। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ, ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।